गढ़शंकर तो कांग्रेस पार्टी दे सीनियर आगू एडवोकेट पंकज कृपाल ने मीडिया नाल गलबात करदे होए कहा कि पंजाब दी आम आदमी पार्टी दी सरकार लोकां नाल कीते वादे पूरे करन दी बजाए कांग्रेस पार्टी दे साबका मंत्रियां दे उपर झूठे परचे दर्ज करके लोकां दा ध्यान भटकाउण दा काम कर रही है। पंकज कृपाल ने कहा कि पंजाब सरकार पंजाब दे विच विजिलेंस नूं हथियार वजों वरत रही है अते पंजाब सरकार वल्लों जिहड़े कांग्रेस पार्टी दे साबका मंत्रियां दे उपर परचे दर्ज करवा रही है उन्हां दा कोई भी आधार नहीं है। उन्हां कहा कि बीते दिनी भारत भूषण आशू ते विजिलेंस विभाग वल्लों पंजाब सरकार दी हदायत ते बिना किसी सबूत तो बदले दी राजनीति तित गिरफ्तार कीता है। उन्हां कहा कि सूबे भर दे विच कांग्रेस पार्टी दे वर्कर उन्हां नाल चट्टान वांग खड़े हन अते पंजाब दी कांग्रेस पार्टी दे प्रधान राजा वड़िंग जी दे दिशा निर्देशां अनुसार किसी भी तरह दी सरकार जां विजिलेंस विभाग दे खिलाफ संघर्ष करन नूं तैयार हन। एडवोकेट पंकज कृपाल वल्लों की कुछ होर कहा गया आओ सुनदे हां दीपक अग्निहोत्री दे नाल। आम आदमी पार्टी है ना जदों सरकार इहनां दी बणी उस तो पहला लोगों ना वादे बड़े कर ले वादे हम पूरे नहीं हो पा रहे जो वादे नहीं हो पा रहे तो लोगों को जवाब दे सरकार हैगी है जवाब देने लिए पर थां है नहीं कोई ये सिर्फ विजिलेंस को मिसयूज किया जा रहा है। जे ईडी इन्हां दे घर रेड करे वह कहते हैं भी सेंटर गौरमेंट के हाथों में ईडी खेड रही है सेंटर गौरमेंट जांच नहीं करा रही है। जे विजिलेंस किसी के घर रेड करे वो साफ सुथरी है ये डबल स्टैंडर्ड थोड़ी चलेगा। जब ईडी नूं तुसीं गलत कहने हैं तो विजिलेंस तुसीं कितना जायज कहने हैं। देखो पंजाब सरकार ने लोकां नाल चोणां जित्तण दे लई जो वादे कीते सी छे महीने दे लगभग समां बीत गया है पर हजे तक कोई एक वादा पूरा नहीं वो वादे पूरे नहीं कर पा रहे। हुण लोकां दा ध्यान वंडाण दे लई उन्हां ने विजिलेंस नूं इक हथियार दे तौर ते वरतना शुरू कर दिता। कांग्रेस दे साबका मंत्रियां दे उत्ते नजायज़ परचे पाए जा रहे आ वो इस करके पाए जा रहे आ कि लोकां दा जिहड़ियां इन्हां ने वड्डियां वड्डियां गरंटियां दित्तियां सीगियां जिहड़े इन्हां ने लोकां नूं सबज बाग दिखाए सीगे ਉਹ ਸਬਜ ਬਾਗ ਪੂਰੇ ਨਾ ਹੋਣ ਕਾਰਨ ਵੀ ਲੋਕ ਉੱਧਰ ਨੂੰ ਧਿਆਨ ਹੀ ਨਾ ਕਰਨ। ਲੋਕ ਜਿਹੜੇ ਆ ਰੋਜ਼ ਹੈਗੇ ਨਵਾਂ ਇੱਕ ਫੜ ਹੋ ਜਾਂਦਾ ਮੰਤਰੀ ਉਹਦੇ ਬਾਰੇ ਲੋਕ ਸੋਚੀ ਜਾਣ ਉਹਦੇ ਬਾਰੇ ਚਰਚਾ ਕਰੀ ਜਾਣ ਅਤੇ ਲੋਕਾਂ ਦਾ ਇਹਨਾਂ ਦੇ ਵਿਕਾਸ ਦੇ ਪ੍ਰਤੀ ਧਿਆਨ ਹਟ ਜਾਵੇ ਸਿਰਫ ਇਸ ਕਰਕੇ ਕੀਤਾ ਜਾ ਰਿਹਾ। ਜਿੰਨੇ ਵੀ ਕੁਛ ਸਾਬਕਾ ਮੰਤਰੀ ਜਾਂ ਸਾਬਕਾ MLA ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਹੈ ਕਿਸੇ ਇੱਕ ਦੇ ਖਿਲਾਫ ਵੀ ਕੋਈ ਇਹਨਾਂ ਕੋਲ ਪੁਖਤਾ ਸਬੂਤ ਨਹੀਂ ਹੈਗੇ ਕਿਸੇ ਦੇ ਖਿਲਾਫ ਵੀ ਇਹਨਾਂ ਕੋਲ ਕੋਈ ਸੋਲਿਡ ਜਿਹੜਾ ਹੈਗਾ ਐਵੀਡੈਂਸ ਨਹੀਂ ਹੈਗਾ ਆ। ਤਾਂ ਹੀ ਕਰਕੇ ਸਾਧ ਸੰਗਤ ਸਿੰਘ ਗਿਲਜੀਆਂ ਨੂੰ ਜਿਹੜੀ ਕੋਰਟ ਨੇ ਹੈਗੀ ਇੰਟਰਿਮ ਬੇਲ ਦੇ ਦਿੱਤੀ ਆ ਅਤੇ ਬਾਕੀਆਂ ਦੀ ਵੀ ਮੈਨੂੰ ਲੱਗਦਾ ਕੁਛ ਦਿਨਾਂ ਦੇ ਵਿੱਚ ਜ਼ਮਾਨਤਾਂ ਸਾਰਿਆਂ ਦੀ ਹੋ ਜਾਣੀਆਂ। ਇੱਥੋਂ ਤੱਕ ਕਿ ਜਿਹੜਾ ਇਹਨਾਂ ਨੇ ਆਪਣਾ ਫੜਿਆ ਸੀਗਾ ਉਹਦੀ ਵੀ ਜ਼ਮਾਨਤ ਹੋ ਗਈ ਆ। ਗੱਲ ਤਾਂ ਇਹ ਆ ਆਪਾਂ ਜੈਨੂਅਨ ਪਰਚੇ ਦੇਈਏ ਜਿਹਦਾ ਵੀ ਕੋਈ ਕਿਸੇ ਦਾ ਕਸੂਰ ਹੈਗਾ ਜਿਹੜਾ ਵੀ ਕੋਈ ਭ੍ਰਿਸ਼ਟਾਚਾਰ ਲਿਪਤ ਹੈਗਾ ਉਹ 'ਤੇ ਪਰਚਾ ਦਿੱਤਾ ਜਾਣਾ ਚਾਹੀਦਾ ਹੈ ਪਰ ਬਿਨਾਂ ਮਤਲਬ ਤੋਂ ਬਿਨਾਂ ਕਿਸੇ ਸਬੂਤ ਤੋਂ ਧੱਕੇ ਨਾਲ ਸਿਰਫ ਕਾਂਗਰਸ ਨੂੰ ਬਦਨਾਮ ਕਰਨ ਦੀ ਖਾਤਰ ਇਹ ਜਿਹੜੀ ਸਾਰੀ ਪਲੈਨਿੰਗ ਚੱਲ ਰਹੀ ਆ ਅਤੇ ਸਾਰਾ ਕੰਮ ਕੀਤਾ ਜਾ ਰਿਹਾ ਆ। ਪਰ ਲੋਕ ਹੁਣ ਇਸ ਗੱਲ ਨੂੰ ਸਮਝਣ ਲੱਗ ਗਏ ਆ। ਕੱਲ੍ਹ ਜਦੋਂ ਤੁਹਾਡੇ ਸਾਰਿਆਂ ਸਾਹਮਣੇ ਆਸ਼ੂ ਜੀ ਦੀ ਗ੍ਰਿਫਤਾਰੀ ਪਾਉਣ ਲਈ ਵਿਜੀਲੈਂਸ ਦੀ ਟੀਮ ਗਈ ਆ ਸਾਡੇ ਮੈਂਬਰ ਪਾਰਲੀਮੈਂਟ ਰਵਨੀਤ ਵਿੱਟੂ ਜੀ ਨੇ ਉਹਦਾ ਡਟ ਕੇ ਵਿਰੋਧ ਕੀਤਾ। ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਕੋਈ ਡਾਕੂਮੈਂਟ ਹੈਗੇ ਤਾਂ ਦਿਖਾਓ। ਕੋਈ ਡਾਕੂਮੈਂਟ ਨਹੀਂ ਦਿਖਾ ਹੋਏ ਧੱਕੇ ਨਾਲ ਉਹਦੀ ਗ੍ਰਿਫਤਾਰੀ ਪਾਉਣ ਲੱਗੇ ਹੋ ਸੀਗੇ। ਗ੍ਰਿਫਤਾਰੀ ਪਾਉਣ ਲਈ ਕੋਈ ਉਹਨਾਂ ਨੂੰ ਠੋਸ ਉਹਨਾਂ ਦੇ ਕੋਲ ਸਬੂਤ ਨਹੀਂ ਸੀਗਾ। ਇਹੀ ਕੁਛ ਸਾਰੇ ਪੰਜਾਬ 'ਚ ਵਾਰ ਵਾਰ ਇਸ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਜਿਹੜਾ ਕਿ ਬਹੁਤ 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 ਮੰਦਭਾਗਾ ਆ। ਇਹ ਵੈਂਡੈਟਾ ਦੀ ਜਿਹੜੀ ਪੋਲੀਟਿਕਸ ਹੈਗੀ ਆ ਉਹ ਕਿਸੇ ਵੀ ਜਗ੍ਹਾ ਕਾਮਯਾਬ ਨਹੀਂ ਹੋ ਸਕਦੀ। ਜਿਹੜੀ ਬਦਲਾਖੋਰੀ ਦੀ ਭਾਵਨਾ ਆ ਉਹਦੇ ਨਾਲ ਕੀਤੇ ਕੰਮਾਂ ਦਾ ਜਿਹੜਾ ਹੈਗਾ ਆ ਲੋਕ ਉਹਨੂੰ ਸਮਝਦੇ ਆ ਅਤੇ ਲੋਕਾਂ ਦੇ ਵਿੱਚ ਉਹਦਾ ਨੈਗੇਟਿਵ ਪ੍ਰਭਾਵ ਜਾਂਦਾ ਆ। ਇਹਨਾਂ ਗੱਲਾਂ ਦੇ ਨਾਲ ਮਾਨ ਸਰਕਾਰ ਦੀ ਕੋਈ ਜਿਹੜੀ ਪਾਪੂਲੈਰਿਟੀ ਬਦਲੀ ਨਹੀਂ ਸਗੋਂ ਘੱਟ ਰਹੀ ਆ। ਪਿੱਛੇ ਹੋਈਆਂ ਜਿਹੜੀਆਂ ਸੰਗਰੂਰ ਲੋਕ ਸਭਾ ਜਿੰਨੀ ਚੋਣ ਉਹਦੇ 'ਚ ਸਰਕਾਰ ਦੀ ਜਿਹੜੀ ਹਾਰ ਹੋਈ ਆ ਉਹਨੇ ਦੱਸੇ ਦਿੱਤਾ ਆ ਕਿ ਲੋਕਾਂ 'ਚ ਇਹਨਾਂ ਦੀ ਪਾਪੂਲੈਰਿਟੀ ਦਾ ਕੀ ਹਾਲ ਹੈਗਾ ਆ ਅਤੇ ਆਉਣ ਵਾਲੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਹੈਗੀਆਂ
ਉਹਦੇ ਵਿੱਚ ਜਿਹੜਾ ਹੈਗਾ ਆ ਲੋਕ ਦੁਆਰਾ ਇਹਨਾਂ ਨੂੰ ਦੱਸ ਦੇਣਗੇ ਕਿ ਇਹ ਸਰਕਾਰ ਦੇ ਕੰਮਕਾਜ ਨੂੰ ਲੋਕ ਕਿਸ ਤਰ੍ਹਾਂ ਉਹਦਾ ਮੁਲਾਂਕਣ ਕਰਦੇ ਆ। ਤੁਸੀਂ ਇੱਕ ਸ਼ਾਇਦ ਕੱਲ੍ਹ ਪਰਸੋਂ ਵੀਡੀਓ ਵੀ ਦੇਖੀ ਹੋਣੀ ਆ, ਅਲੱਗ ਅਲੱਗ ਅਖਬਾਰਾਂ 'ਚ ਖਬਰਾਂ ਵੀ ਦੇਖੀ ਹੋਣੀਆਂ, ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਜੀ, ਉਹ ਚੰਡੀਗੜ੍ਹ ਦੇ ਨਾਲ ਜਿਹੜੇ ਪਿੰਡ ਦੇ ਵਿੱਚ ਉੱਥੇ ਹੜ੍ਹ ਦੇ ਕਰਕੇ ਪਾਣੀ ਇਕੱਠਾ ਹੋਇਆ, ਬੂਟ ਆਪਣੇ ਹੱਥਾਂ 'ਚ ਫੜ ਕੇ ਅਫਸੋਸ ਕਰਨ ਗਏ ਆ। 11.5 ਕਰੋੜ ਦਾ ਜਿਹੜਾ ਪੁੱਲ ਦਾ ਖਰਚਾ ਆ, ਸਰਕਾਰ ਜਿਹੜੀਆਂ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਆ ਉਹ ਤਾਂ ਸਰਕਾਰ ਕੋਲੋਂ ਦੇਣੀ ਹੁੰਦੀਆਂ। ਆਹ ਲੰਗਰ ਰੋਡ ਸਾਡੇ ਗੜ੍ਹ ਸੈਂਟਰ ਦੇਖ ਲਓ, ਉਹਦਾ ਕੀ ਹਾਲ ਆ, ਉਹ ਬਣਾ ਨਹੀਂ ਹੁੰਦੀ। ਮਤਲਬ ਜੇ ਆਪਾਂ ਮੁੱਢਲੀਆਂ ਸਹੂਲਤਾਂ ਲੋਕਾਂ ਨੂੰ ਦੇ ਨਹੀਂ ਪਾਉਂਦੇ, ਕੰਮ ਅਸੀਂ ਵਿਕਾਸ ਦੇ ਕਰ ਨਹੀਂ ਪਾਉਂਦੇ ਅਤੇ ਲੋਕਾਂ ਦਾ ਧਿਆਨ ਬਣਾਉਣ ਲਈ ਜਾਂ ਨਵੇਂ ਨਵੇਂ ਕੰਮ ਕਰੀਏ, ਉਹ ਗੱਲ ਜਾਇਜ਼ ਨਹੀਂ ਹੈਗੀ ਆ। ਅਤੇ ਲੋਕ ਇਹਨਾਂ ਸਾਰੇ ਚੀਜ਼ਾਂ ਨੂੰ ਸਮਝਦੇ ਆ। ਮੈਂ ਸਮਝਦਾ ਹਾਂ ਕਿ ਆਸ਼ੂ ਜੀ ਦੇ ਖਿਲਾਫ਼ ਜਿਹੜਾ ਇਹ ਬਿਲਕੁਲ ਨਜਾਇਜ਼ ਸਿਰਫ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਇਹ ਪਰਚਾ ਕੀਤਾ ਗਿਆ ਆ, ਅਤੇ ਸਾਰਾ ਪੰਜਾਬ ਜਿਹੜੇ ਆਸ਼ੂ ਜੀ ਸਾਡੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਆ ਉਹਨਾਂ ਦੇ ਨਾਲ ਖੜੀ ਆ, ਸਮੁੱਚੀ ਕਾਂਗਰਸ ਉਹਨਾਂ ਦੇ ਪਿੱਠ ਪਿੱਛੇ ਚਟਾਨ ਵਾਂਗ ਖੜੀ ਆ, ਅਤੇ ਜਿੱਥੇ ਕਿਤੇ ਵੀ ਲੋੜ ਮਹਿਸੂਸ ਹੋਈ ਅਸੀਂ ਡਟ ਕੇ ਉਹਨਾਂ ਦੇ ਨਾਲ ਖੜਾਂਗੇ, ਅਤੇ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਵੜਿੰਗ ਜੀ ਜੋ ਵੀ ਸਾਨੂੰ ਹੁਕਮ ਲਗਾਉਣਗੇ ਅਸੀਂ ਉਹਨਾਂ ਦੇ ਹੁਕਮਾਂ ਦੇ ਮੁਤਾਬਕ ਡਟ ਕੇ ਪਹਿਰਾ ਦਿੰਦੇ ਹੋਏ ਹਰ ਲੜਾਈ ਲਈ ਤਿਆਰ ਹਾਂ, ਭਾਵੇਂ ਬਿਜਲੀ ਨਾਲ ਲੜਨਾ ਪਵੇ, ਭਾਵੇਂ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨਾਲ ਲੜਨਾ ਪਵੇ, ਆਪਾਂ ਡਟ ਕੇ ਲੜਾਈ ਲੜਨ ਲਈ ਤਿਆਰ ਹਾਂ, ਭੱਜਾਂਗੇ। अब उपलब्ध है 1100 प्लस डिजिटल केबल नेटवर्क पर एन एंड्रॉइड बेस्ड डीटीएच स्मार्ट सेटअप बॉक्स सभी ओटीटी प्लेटफॉर्म 24 घंटे लाइव देखिए हमारे सोशल मीडिया पेजेस पर।